ਰਿਸਪੈਕਟਡ ਟੀਚਰਸ ਐਂਡ ਮਾਈ ਡੀਅਰ ਸਟੂਡੈਂਟਸ ਅੱਜ ਮੈਂ ਤੁਹਾਡੇ ਨਾਲ 10th ਸਾਇੰਸ ਨੈਸ ਦਾ ਪ੍ਰੈਕਟਿਸ ਟੈਸਟ ਸੀਰੀਜ਼ ਨੰਬਰ 1 ਜੋ ਕਿ ਇੰਗਲਿਸ਼ ਅਤੇ ਪੰਜਾਬੀ ਮੀਡੀਅਮ ਵਿੱਚ ਸੋਲਵ ਐਂਡ ਐਕਸਪਲੇਨ ਕੀਤਾ ਹੋਇਆ ਹੈ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਇਸ ਨੂੰ ਚੰਗੀ ਤਰ੍ਹਾਂ ਸਮਝਣ ਲਈ ਇਸ ਵੀਡੀਓ ਨੂੰ ਅਖੀਰ ਤੱਕ ਦੇਖਣਾ ਕੁਐਸਚਨ ਨੰਬਰ 1 x ਦਾ ਘੋਲ ਸਫੈਦੀ ਕਰਨ ਲਈ ਵਰਤਿਆ ਜਾਂਦਾ ਹੈ x ਦਾ ਨਾਮ ਹੈ ਇਸ ਸੋਲਿਊਸ਼ਨ ਆਫ x ਇਸ ਯੂਜ਼ਡ ਫਾਰ ਵਾਈਟ واਸ਼ਿੰਗ ਦਰ ਦਾ ਨੇਮ ਆਫ x ਇਸ ਬਟ ਇਸ ਦਾ ਆਨਸਰ ਆਏਗਾ ਨੰਬਰ 2 ਤੇ ਕੈਲਸ਼ੀਅਮ ਆਕਸਾਈਡ ਕੁਐਸਚਨ ਨੰਬਰ 2 ਸੇਵ ਦਾ ਇੱਕ ਟੁਕੜਾ ਇਸ ਦੇ ਕਾਰਨ ਭੂਰਾ ਰੰਗ ਪ੍ਰਾਪਤ ਕਰਦਾ ਹੈ ਇਸ ਦਾ ਜੋ ਆਨਸਰ ਹੈ ਕੈਮੀਕਲ ਚੇਂਜ ਹੈ ਪਾਵਰ ਸੈਨਿਕ ਤਬਦੀਲੀ ਆ ਕਿਉਂਕਿ ਜੋ ਸੇਵ ਹੈ ਉਹ ਆਕਸੀਜਨ ਨਾਲ ਹਵਾ ਨਾਲ ਕਿਰਿਆ ਕਰਕੇ ਉਸ ਵਿੱਚ ਆਇਰਨ ਹੁੰਦਾ ਹੈ ਤਾਂ ਉਸ ਦਾ ਰੰਗ ਜਿਹੜਾ ਭੂਰਾ ਹੋ ਜਾਂਦਾ ਹੈ ਇਸ ਕਰਕੇ ਇਹ ਇਹ ਹੈ ਕੈਮੀਕਲ ਚੇਂਜ ਕੁਐਸਚਨ ਨੰਬਰ 3 ਅਧਿਆਪਕ ਪਾਣੀ ਦੀ ਅਪਘਟਨ ਦੀ ਪ੍ਰਤੀਕਿਰਿਆ ਕਰ ਰਿਹਾ ਹੈ ਅਤੇ ਸਮਝਾ ਰਿਹਾ ਹੈ ਗੈਸ ਦੀ ਬੁਲਬੁਲੇ ਕੈਥੋਡ ਅਤੇ ਐਨੋਡ ਤੇ ਬਣਦੇ ਹਨ ਇਸ ਪ੍ਰਤੀਕਰਮ ਵਿੱਚ ਕੈਥੋਡ ਤੇ ਕਿਹੜੀ ਗੈਸ ਬਣਦੀ ਹੈ ਦਾ ਟੀਚਰ ਇਸ ਪਰਫਾਰਮਿੰਗ ਐਂਡ ਐਕਸਪਲੇਨਿੰਗ ਦਾ ਇਲੈਕਟ੍ਰੀਕਲ ਡੀਕੰਪੋਜੀਸ਼ਨ ਰਿਐਕਸ਼ਨਸ ਆਫ ਵਾਟਰ ਵੋਵਲਸ ਆਰ ਫਾਰਮਡ ਔਨ ਕੈਥੋਡ ਐਂਡ ਐਨੋਡ ਇਨ ਦਾ ਰਿਐਕਸ਼ਨਸ ਵਿੱਚ ਗੈਸ ਇਸ ਫਾਰਮਡ ਔਨ ਦਾ ਕੈਥੋਡ ਇਟ ਇਸ ਦਾ ਆਨਸਰ ਆਏਗਾ ਨੰਬਰ 2 ਹਾਈਡਰੋਜਨ ਗੈਸ ਨੰਬਰ 4 ਸਰਕੇ ਅਤੇ ਦਹੀਂ ਵਿਚਕਾਰ ਕਿਹੜਾ ਗੁਣ ਸਮਾਨ ਹੈ ਕਿਉਂਕਿ ਸਰਕਾ ਦੇ ਵਿੱਚ ਐਸਟਿਕ ਐਸਿਡ ਹੁੰਦਾ ਹੈ ਅਤੇ ਦਹੀਂ ਦੇ ਵਿੱਚ ਲੈਕਟਿਕ ਐਸਿਡ ਹੁੰਦਾ ਹੈ ਇਸ ਕਰਕੇ ਇਹ ਦੋਨੋਂ ਤੇਜਾਬੀ ਭਾਅ ਵਿੱਚ ਦਾ ਆਨਸਰ ਹੈ ਪਹਿਲਾ ਤੇਜਾਬੀ ਐਸਿਡਿਕ ਕੁਐਸਚਨ ਨੰਬਰ 5 ਕਿਹੜਾ ਸੂਚਕ ਖਾਰੀ ਘੋਲ ਵਿੱਚ ਗੁਲਾਬੀ ਰੰਗ ਦਿੰਦਾ ਹੈ ਵਿਚ ਇੰਡੀਕੇਟਰ ਗੀਵਸ ਪਿੰਕ ਕਲਰ ਇਨ ਐਲਕਲਾਈਨ ਸੋਲੂਸ਼ਨਸ ਇਸ ਦਾ ਆਨਸਰ ਹੈ ਨੰਬਰ 4 ਫੀਨੋਲਫਥੇਲੀਨ ਨੰਬਰ 6 ਹੇਠ ਲਿਖਿਆਂ ਵਿੱਚੋਂ ਕਿਹੜੀ ਦਵਾਈ ਭੋਜਨ ਤੋਂ ਬਾਅਦ ਪੈਦਾ ਹੋਏ ਤੇਜਾਬੀ ਪਰਨ ਨੂੰ ਠੀਕ ਕਰਨ ਲਈ ਵਰਤੀ ਜਾਂਦੀ ਹੈ ਵਿਚ ਆਫ ਦਾ ਫੋਲੋਇੰਗ ਮੈਡੀਸਨ ਇਸ ਯੂਜ਼ਡ ਟੂ ਕਯੂਰ ਐਸਿਡਿਟੀ ਥੈਟ ਅਕਰਸ ਆਫਟਰ ਕੰਜ਼ਿਊਮਿੰਗ ਫੂਡ ਇਸ ਦਾ ਆਨਸਰ ਹੈ ਐਂਟੀ ਐਸਿਡ ਨੰਬਰ 7 ਧਾਤਾਂ ਆਮ ਤੌਰ ਤੇ ਡੈਸ਼ ਹੁੰਦੀਆਂ ਹਨ ਮੈਟਲਜ਼ ਆਰ ਯੂਸੂਲੀ ਸੋਲਿਡ ਇਸ ਦਾ ਆਨਸਰ ਹੈ ਪਹਿਲਾ ਸੋਲਿਡ ਥੋਸ ਕੁਐਸਚਨ ਨੰਬਰ 8 ਧਾਤਾਂ ਡੈਸ਼ ਹੁੰਦੀਆਂ ਹਨ ਮੈਟਲਜ਼ ਆਰ ਇਸ ਦਾ ਆਨਸਰ ਆਏਗਾ ਬੇਟੇ ਨੰਬਰ 1 ਇਲੈਕਟ੍ਰੋ ਪੋਜ਼ਿਟਿਵ ਕੁਐਸਚਨ ਨੰਬਰ 9 ਇਹਨਾਂ ਵਿੱਚੋਂ ਸਭ ਤੋਂ ਨਰਮ ਧਾਤ ਹੈ ਡੈਸ਼ ਆਊਟ ਆਫ ਥੀਸ ਡੈਸ਼ ਇਜ਼ ਅ ਸੌਫਟੈਸਟ ਮੈਟਲ ਇਸ ਦਾ ਆਨਸਰ ਹੈ ਬੇਟੇ 2 ਤੇ 골ਡ ਨੰਬਰ 10 ਪ੍ਰੋਪੇਨ ਜਿਸ ਦਾ ਅਣੂੀ સૂਤਰ ਹੈ C3H8 ਵਿੱਚ ਹਨ ਕਿੰਨੇ ਬੌਂਡ ਹੋਣਗੇ ਕਿੰਨੇ ਬੰਧਨ ਹੋਣਗੇ ਪ੍ਰੋਪੇਨ ਵਿਦ ਦਾ ਮੋਲੀਕਿਊਲਰ ਫਾਰਮੂਲਾ C3H8 ਹੈਜ਼ ਇਸ ਦੇ ਬਿਤੇ ਆਪਾਂ ਗਿਣਤੀ ਕਰਦੇ ਹਾਂ ਕਿ ਕਾਰਬਨ ਦੇ ਵਾਲੇ ਕਿੰਨੇ ਹਾਈਡਰੋਜਨ ਦੇ ਬੌਂਡ ਹੈ ਤੇ ਕਾਰਬਨ ਕਾਰਬਨ ਵਿੱਚ ਕਿੰਨੇ ਬੌਂਡ ਹੈ ਇਸ ਦਾ ਆਨਸਰ ਆਏਗਾ 10 ਕੁਐਸਚਨ ਨੰਬਰ 11 ਇੱਕ ਹਾਈਡਰੋਕਾਰਬਨ ਅਮੋਨੀਕਲ ਕਿਊਪਰਸ ক্লোਰਾਈਡ ਦੇ ਘੋਲ ਨਾਲ ਪ੍ਰਤੀਕਿਰਿਆ ਕਰਕੇ ਲਾਲ ਅਵਖੇਪ ਬਣਾਉਂਦਾ ਹੈ ਇਹ ਹਾਈਡਰੋਕਾਰਬਨ ਹੈ ਇਹ ਹਾਈਡਰੋਕਾਰਬਨਸ ਰਿਐਕਟ ਵਿਦ ਅਮੋਨੀਕਲ ਕਿਊਪਰਸ ক্লোਰਾਈਡ ਸੋਲੂਸ਼ਨ ਟੂ ਫਾਰਮ ਅ ਰੈਡ ਪ੍ਰੈਸੀਪਿਟੇਟ ਦਾ ਹਾਈਡਰੋਕਾਰਬਨ ਇਜ਼ ਇਸ ਦਾ ਆਨਸਰ ਆਏਗਾ ਬੇਟੇ ਦੇਖੋ ਆਪਾਂ ਚੈੱਕ ਕਰੋ ਤੁਸੀਂ ਇਥਾਈਨ ਫਿਰ ਵੀ ਤੁਸੀਂ ਆਪਣੇ ਲੈਵਲ ਤੇ ਜਰੂਰ ਕਨਫਰਮ ਕਰਨਾ ਹੈ ਬੇਟੇ ਹਰੇਕ ਜੋ ਕੁਐਸਚਨ ਹੈ ਕਿਸੇ ਵੀ ਵੀਡੀਓ ਨੂੰ ਦੇਖਦੇ ਸਮੇਂ ਅੱਖਾਂ ਮੀਟ ਕੇ ਕਦੀ ਵੀ ਉਸ ਦਾ ਆਨਸਰ ਨਹੀਂ ਮੰਨਣਾ ਹੈ ਤੁਸੀਂ ਇਸ ਤੋਂ ਸਿਰਫ ਇੱਕ ਹਿੰਟ ਲੈਣਾ ਹੈ ਬਾਕੀ ਤੁਸੀਂ ਆਪਣੀ ਵਿੱਚ ਬੁੱਕ ਪੜ੍ਹ ਕੇ ਨਾਲ ਉਹਦੇ ਆਪਾਂ ਮੈਚ ਕਰਕੇ ਵੀ ਦੇਖਣਾ ਹੈ ਕਿਉਂਕਿ ਇਹਦੇ ਵਿੱਚ ਅਗਰ ਕੋਈ ਪ੍ਰੋਬਲਮ ਆਦੀ ਹੈ ਤਾਂ ਜਰੂਰ ਇਸ ਨੂੰ ਜੇ ਕਿਸੇ ਨੂੰ ਡਾਊਟ ਹੈ ਤਾਂ ਕਮੈਂਟ ਬਾਕਸ ਵਿੱਚ ਲਿਖਣਾ ਹੈ ਪ੍ਰਸ਼ਨ ਨੰਬਰ 12 ਹੇਟ ਲਿਖੇ ਵਿੱਚੋਂ ਕਿਹੜਾ ਪਦਾਰਥ ਇਥੇ ਨੋਲ ਨੂੰ ਡੀਨੇਚਰ ਕਰਦੀ ਹੈ ਹਾਂਜੀ ਬੇਟ ਇਸ ਦਾ ਨਾਮ ਹੈ ਨੰਬਰ 1 ਮੀਥੇਨੋਲ ਨੰਬਰ 13 ਸੀ ਕਲੋਰਿਨ 17 اٹੋਮਿਕ ਨੰਬਰ ਤੇ 35 اٹੋਮਿਕ ਮਾਸ ਦਾ ਦੂਸਰੇ ਦਾ اٹੋਮਿਕ ਮਾਸ ਡਿਫਰੈਂਟ ਆ ਭਾਵੇਂ 37 ਆ ਤੇ اٹੋਮਿਕ ਨੰਬਰ ਦੋਨਾਂ ਦੇ 17 ਨੇ ਇਸ ਕਿਸ ਦੀ ਇੱਕ ਉਦਾਹਰਣ ਹਨ ਬਟੇ ਸਾਨੂੰ ਪਤਾ ਹੈ ਕਿ ਜਿਨ੍ਹਾਂ ਦੇ اٹੋਮਿਕ ਨੰਬਰ ਸੇਮ ਹੋਣ what اٹੋਮਿਕ ਮਾਸ ਡਿਫਰੈਂਟ ਹੋਣ दैट ਆਰ ਨੋਨ ਐਸ ਆਈਸੋਟੋਪਸ ਇਸ ਕਰਕੇ ਇਸ ਦਾ ਆਨਸਰ ਆਏਗਾ 3 ਆਈਸੋਟੋਪਸ ਪ੍ਰਸ਼ਨ ਨੰਬਰ 14 ਹੈਠਲੇ ਵਿੱਚੋਂ ਕਿਹੜਾ ਤੀਸਰੇ ਪੀਰੀਅਡ ਦੇ ਤੱਤ ਲਈ ਸਭ ਤੋਂ ਬਾਹਰਲਾ ਸ਼ੈਲ ਹੈ ਬਟੇ ਐਮ ਸ਼ੈਲ ਕਿਉਂਕਿ 3 ਸ਼ੈਲ ਮੈਂ ਬਣਾਈ ਹੋਈ ਹੈ ਦੇਖੋ ਸੈਂਟਰ ਚ ਨਿਊਕਲੀਅਸ ਆ ਕੇ ਐਲ ਤੇ ਐਮ ਥਰਡ ਹੈ ਐਮ ਸ਼ੈਲ ਨੰਬਰ 3 ਆਪਸ਼ਨ 15 ਤਤ P Q R S ਅਤੇ T ਦੇ ਪਰਮਾਣੂ ਨੰਬਰ 7 9 12 16 ਐਂਡ 17 ਤਤਾਂ ਦੀ ਕਿਹੜੀ ਜੋੜੀ ਇੱਕੋ ਸਮੂਹ ਨਾਲ ਸੰਬੰਧਿਤ ਹੈ ਦਾ ਐਲੀਮੈਂਟ P Q R S ਐਂਡ T ਹੈ ਐਟੋਮਿਕ ਨੰਬਰ 7 9 12 16 ਐਂਡ 7 ਰੈਸਪੈਕਟਿਵਲੀ ਵਿਚ ਪੇਅਰਸ ਆਫ ਐਲੀਮੈਂਟ ਬਿਲੋਂਗਸ ਟੂ ਦਾ ਸੇਮ ਗਰੁੱਪ ਹਾਂਜੀ ਬਈ ਇਸ ਦਾ ਆਨਸਰ ਹੈ ਨੰਬਰ 4 ਇਸ ਦਾ ਆਨਸਰ ਹੈ ਤਤ ਕਯੂ ਅਤੇ ਟੀ 엘ਿਮੈਂਟ ਕਯੂ ਐਂਡ ਟੀ ਪ੍ਰਸ਼ਨ ਨੰਬਰ 16 ਅਰਵੀ ਜਾਣਨਾ ਚਾਹੁੰਦਾ ਹੈ ਕਿ ਸਵੈ ਪੋਸ਼ੀ ਪ੍ਰਕਾਸ਼ ਸੰਸਲੇਸ਼ਨ ਦੁਆਰਾ ਊਰਜਾ ਦੀ ਜ਼ਰੂਰਤ ਦੀ ਪੂਰਤੀ ਕਰਦੇ ਹਨ ਤਾਂ ਪ੍ਰਕਾਸ਼ ਸੰਸਲੇਸ਼ਨ ਦੁਆਰਾ ਕੀ ਹੁੰਦਾ ਹੈ ਅਰਵੀ ਵਾਂਟਸ ਟੂ ਨੋ ਦੈਟ ਦਾ ਐਨਰਜੀ ਨੀਡ ਆਫ ਆਟੋਟ੍ਰੋਪਸ ਇਜ਼ ਫੁਲਫਿਲਡ ਥਰੋ ਫੋਟੋਸਿੰਥੇਸਿਸ ਵਿਚ ਆਫ ਦਾ ਫਾਲੋਇੰਗ ਅਕਰਸ ਡਿਊਰਿੰਗ ਫੋਟੋਸਿੰਥੇਸਿਸ ਬਾਰੇ ਇਸ ਦੇ ਕਮੈਂਟ ਦੇਣਾ ਹੈ ਵੈਸੇ ਸਾਡਾ ਡਿਸਕਸ਼ਨ ਤੋਂ ਬਾਅਦ ਇਹ ਲੱਗਦਾ ਸੀ ਕੋਈ ਇੱਕ ਕੁਐਸਚਨ ਨੰਬਰ ਇਸ ਦਾ ਵਨ ਆਨਸਰ ਆਇਆ ਹੈ ਕਿ ਕਪਾਹ ਕਲੋਰੋਫਿਲ ਦੁਆਰਾ ਪ੍ਰਕਾਸ਼ ਊਰਜਾ ਦਾ ਸੋਖਣ ਪਰ ਕੁਐਸਚਨ ਜਿਹੜਾ ਆਪਸ਼ਨ ਨੰਬਰ 2 ਹੈ ਉਹ ਪ੍ਰਕਾਸ਼ ਊਰਜਾ ਦਾ ਸੈਨੇ ਊਰਜਾ ਵਿੱਚ ਪਰਿਵਰਤਨ ਹੁੰਦਾ ਹੈ ਇਹਦਾ ਇਹਦੇ ਵਿੱਚ ਦੂਜੇ ਨੰਬਰ ਤੇ ਹੈ ਨੰਬਰ 3 ਤੇ ਕਾਰਬਨ ਡਾਈਆਕਸਾਈਡ ਦਾ ਕਾਰਬੋਹਾਈਡਰੇਟ ਵਿੱਚ ਪਰਿਵਰਤਨ ਵੀ ਹੁੰਦਾ ਹੈ ਵਾਟਰ ਨਾਲ ਮਿਲ ਕੇ ਇਸ ਕਰਕੇ ਇਸ ਦਾ ਆਨਸਰ ਅਪਰੋਕਤ ਸਾਰੇ ਵੀ ਹੋ ਸਕਦਾ ਹੈ ਅਤੇ ਨੰਬਰ 1 ਵੀ ਹੋ ਸਕਦਾ ਹੈ ਤੁਸੀਂ ਆਪਣੇ ਅਧਿਆਪਕ ਨਾਲ ਡਿਸਕਸ ਕਰਕੇ ਇਹ ਮੈਨੂੰ ਦੱਸਣਾ ਕਮੈਂਟ ਬਾਕਸ ਦੇ ਵਿੱਚ ਵੀ ਇਸ ਦਾ ਆਨਸਰ ਸਹੀ ਕਿਹੜਾ ਬਣਦਾ ਹੈ 17 ਮਨੁੱਖੀ ਮਿਹਦੇ ਦੀ ਅੰਦਰਲੀ ਪਰਤ ਨੂੰ ਤੇਜਾਬਾਂ ਦੀਆਂ ਕਿਰਿਆਵਾਂ ਤੋਂ ਕੌਣ ਬਚਾਉਂਦਾ ਹੈ ਦਾ ਇਨਰ ਲਾਈਨਿੰਗ ਆਫ ਦਾ ਸਟਮਕ ਗੈਟਸ ਪ੍ਰੋਟੈਕਟਡ ਫਰੋਮ ਦਾ ਐਕਸ਼ਨਸ ਆਫ ਦਾ ਐਸਿਡ ਇਨ ਹਿਊਮਨ ਬੀਇੰਗਸ ਵਾਈ ਨੰਬਰ 1 ਡੈਸ਼ ਨੰਬਰ 1 ਹੈ ਮਿਊਕਸ ਵਟ ਇਜ਼ ਦਾ ਆਨਸਰ ਹੈ ਮਿਊਕਸ ਬਚਾਉਂਦਾ ਹੈ ਨੰਬਰ 18 ਗੀਤਾ ਜਾਣਦੀ ਹੈ ਕਿ ਮਨੁੱਖਾ ਵਿੱਚ ਹੀਮੋਗਲੋਬਿਨ ਦੇ ਰੂਪ ਵਿੱਚ ਜਾਣਿਆ ਜਾਂਦਾ ਇੱਕ ਵਰਣਕ ਜਿਸ ਦੀ ਆਕਸੀਜਨ ਸੋਖਣ ਦੀ ਬਹੁਤ ਸਮਰੱਥਾ ਹੈ ਇਹ ਆਕਸੀਜਨ ਕਿ हीमोग्लोबिन कितने पाया जाता है गीता नोज दैट इन ह्यूमन देयर इज ए पिगमेंट नोन एज हीमोग्लोबिन विच हैज़ ए वेरी हाई एफिनिटी फॉर ऑक्सीजन दिस पिगमेंट पिगमेंट इज फाउंड इन डैश नंबर इसका ऑप्शन आंसर है टू लहू लाल लहू कण पाव के रेड ब्लड सेल्स सैलस क्वेश्चन नाइनटीन आयोडीन किस हार्मोन दे निर्माण ਲਈ জরুরি ਹੈ ਆਇਓਡਨ ਇਸ ਆਇਓਡੀਨ ਇਸ ਨੈਸੀਸਰੀ ਫਾਰ ਦਾ ਸਿੰਥੀਸਿਸ ਆਫ ਵਿਚ ਹਾਰਮones ਇਸ ਦਾ ਆਨਸਰ ਨੰਬਰ 2 థਾਇਰੋਕਸਿਨ ਕੁਐਸਚਨ ਨੰਬਰ 20 ਹੇਰ ਲਿਖਿਆ ਬੱਚੋ ਕਿਹੜਾ ਸਹੀ ਮਿਲਾਨ ਨਹੀਂ ਹੈ ਨਹੀਂ ਬੜਾ ਦੱਸਣਾ ਬੇਟੇ ਬਾਕੀ ਸਹੀ ਹੈ ਇੱਕ ਗਲਤ ਹੈ ਸਿਲੈਕਟ ਦਾ ਮਿਸਮੈਚ ਪਿਆਰ ਬਾਕੀ ਬੇਟੇ ਸਾਰੇ ਮੈਚ ਕਰਦੇ ਆ ਨੰਬਰ 4 ਗਲਤ ਹੈ ਜੋ ਮਿਸਮੈਚ ਕਰਦਾ ਹੈ ਮੈਚ ਨਹੀਂ ਕਰਦਾ ਉਹ ਹੈ ਐਡਰੀਨਲ ਤੇ ਪਿਚਿਊਟਰੀ ਗ੍ਰੰਥੀ ਐਡਰੀਨਲਨ ਐਂਡ ਪਿਚਿਊਟਰੀ ਗਲੈਂਡਸ ਨੰਬਰ 21 ਅੰਡਰਸਵਾਲ ਨੂੰ ਪ੍ਰਾਗਨਲੀ ਦਾ ਵਾਧਾ ਕਿਸ ਅਨੁਵਰਤਨ ਦੀ ਉਦਾਹਰਣ ਹੈ ਗ੍ਰੋਥ ਆਫ ਪੋਲਨ ਟਿਊਬਸ ਟੁਵਾਰਡ ਅ ਵਿਊਲਸ ਇਜ਼ ਡਿਊ ਟੂ ਇਸ ਦਾ ਆਨਸਰ ਹੈ ਬੇਟੇ ਨੰਬਰ 2 ਰਸਾਇਣਿਕ ਅਨੁਵਰਤਨ ਕੀਮੋਟ੍ਰੋਪਿਜ਼ਮ ਕੁਐਸਚਨ ਨੰਬਰ 22 ਜਿਸ ਬੀਜ ਵਿੱਚ ਭਵਿੱਖ ਦਾ ਪੌਦਾ ਹੁੰਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਦਾ ਸੀਡ ਦੈਟ ਕੰਟੇਨਸ ਦਾ ਫਿਊਚਰ ਪਲੈਂਟ ਇਜ਼ ਕਾਲਡ ਦਾ ਭਰੂਣ ਪਵ ਚੌਥੇ ਨੰਬਰ ਵਾਲਾ ਆਨਸਰ ਆਏਗਾ ਐਮਬ੍ਰਿਓ ਪ੍ਰਸ਼ਨ ਨੰਬਰ 23 ਉਹ ਜੀਵ ਜੋ ਦੋ ਲਿੰਗੀ ਪ੍ਰਜਨਨ ਵਿਧੀ ਦੁਆਰਾ ਪ੍ਰਜਨਨ ਕਰਨ ਦੇ ਸਮਰੱਥ ਹੈ ਜਿਨ੍ਹਾਂ ਵਿੱਚੋਂ ਇੱਕ ਖਮੀਰ ਵਿੱਚ ਪ੍ਰਜਨਨ ਦੇ ਸਮਾਨ ਅਤੇ ਦੂਜਾ ਪਲਾਨੇਰੀਆ ਵਿੱਚ ਵਰਜਨ ਦੇ ਸਮਾਨ ਹੈ ਕਿਹੜਾ ਹੈ ਬੇਟਾ ਇਸ ਦਾ ਮੇਰੇ ਹਿਸਾਬ ਨਾਲ ਜੋ ਆਨਸਰ ਹੈ ਇਹ ਹਾਈਡਰਾ ਹੈ ਕਿਉਂਕਿ ਹਾਈਡਰਾ ਵਿੱਚ ਵੀ ਵਾਡਿੰਗ ਹੁੰਦੀ ਹੈ ਤੇ ਖਮੀਰ ਵਿੱਚ ਵੀ ਵਾਡਿੰਗ ਹੁੰਦੀ ਹੈ ਬਾਕੀ ਅਗਰ ਕੋਈ ਇਸ ਵਿੱਚ ਕੋਈ ਹੋਰ رائے ਹੈ ਕਿਸੇ ਦਾ ਕਮੈਂਟ ਹੈ ਤਾਂ ਪਲੀਜ਼ ਇਸ ਬਾਰੇ ਕਮੈਂਟ ਜਰੂਰ ਕਰਨਾ ਕਿ ਇਸ ਦਾ ਆਨਸਰ ਕੋਈ ਹੋਰ ਵੀ ਹੋ ਸਕਦਾ ਹੈ ਵੈਸੇ ਮੇਰੇ ਹਿਸਾਬ ਨਾਲ ਇਹ ਹਾਈਡਰਾ ਆਂਦਾ ਹੈ ਕੁਐਸਚਨ ਨੰਬਰ ਇਸ ਦਾ ਆਨਸਰ ਜੋ ਹੈ 2 ਨੰਬਰ ਕੁਐਸਚਨ ਨੰਬਰ 24 ਅੰਡਿਆਂ ਅੰਡ ਕੋਸ਼ ਤੋਂ ਛੱਡਣ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ ਦਾ ਪ੍ਰੋਸੈਸ ਆਵਰ ਲੀਜ਼ ਆਫ ਐਗਸ ਫਰੋਮ ਦਾ ఓਵਰੀ ਇਜ਼ ਕਾਲਡ ਕੁਐਸਚਨ ਇਸ ਦਾ ਆਨਸਰ ਹੈ ਨੰਬਰ 4 Ovulationਜ਼ Ovulation ਕੁਐਸਚਨ ਨੰਬਰ 25 ਅਜੇ ਮਾਨ ਨੇ ਆਪਣਾ ਮਾਚਿਸ ਗਵਾ ਦਿੱਤਾ ਉਸ ਦੀ ਭੈਣ ਨੇ ਉਸ ਨੂੰ ਕਿਹਾ ਕਿ ਉਹ ਇੱਕ ਲੈਂਸ ਦੀ ਵਰਤੋਂ ਕਰਕੇ ਸੂਰਜ ਦੀ ਰੋਸ਼ਨੀ ਤੋਂ ਅੱਗ ਬਾਲ ਸਕਦਾ ਹੈ ਕਿਹੜਾ ਲੈਂਸ ਹੈ ਜਿਹੜਾ ਇਸ ਕੰਮ ਲਈ ਵਰਤਿਆ ਜਾ ਸਕਦਾ ਹੈ ਟੂਡੇ ਰਮਨ ਲੋਸਟ ਹਿਸ ਮੈਚਸ ਮੈਚਸ ਹਿਸ ਸਿਸਟਰ ਟੋਲਡ ਹਿਮ ਥੈਟ ਹੀ ਕੈਨ ਲਾਈਟ ਅ ਫਾਇਰ ਫਰਮ ਸਨਲਾਈਟ ਯੂজিং ਅ ਲੈਂਸ ਵਿਚ ਲੈਂਸ ਇਜ਼ ਥਿਸ ਇਸ ਦਾ ਆਨਸਰ ਆਏਗਾ ਕਨਵੇਕਸ ਲੈਂਸ ਭਾਵ ਕੇ ਉਤਲ ਲੈਂਸ 26 ਸਿਮਰਨ ਨੇ ਪਾਣੀ ਨਾਲ ਭਰੇ ਕੱਚ ਦੇ ਕਟੋਰੇ ਵਿੱਚ ਇੱਕ ਪੈਨਸਲ ਪਾ ਦਿੱਤੀ ਉਹ ਇਹ ਵੇਖ ਕੇ ਹੈਰਾਨ ਹੋਈ ਕਿ ਪੈਨਸਲ ਝੁਕੀ ਹੋਈ ਦਿਸਦੀ ਹੈ ਕੀ ਤੁਸੀਂ ਇਸ ਦਾ ਕਾਰਨ ਦੱਸਦੇ ਹੋ ਹਾਂ ਬੇਟੇ ਇਸ ਦਾ ਕਾਰਨ ਹੈ ਅਪਵਰਤਨ ਪ੍ਰਕਾਸ਼ ਦਾ ਅਪਵਰਤਨ ਭਾਵ ਕੇ ਰੈਫ੍ਰੈਕਸ਼ਨ ਆਫ ਲਾਈਟ ਕੁਐਸਚਨ ਨੰਬਰ 27 ਇੱਕ ਵਿਅਕਤੀ 6 ਮੀਟਰ ਤੋਂ ਪਾਰ ਰੱਖੀਆਂ ਗਈਆਂ ਵਸਤੂਆਂ ਨੂੰ ਸਪਸ਼ਟ ਤੌਰ ਤੇ ਨਹੀਂ ਵੇਖ ਸਕਦਾ ਉਹ ਇੱਕ ਦ੍ਰਿਸ਼ਟੀ ਦੋਸ਼ ਤੋਂ ਪੀੜਿਤ ਹੈ। ਇਹ ਪਰਸਨ ਇਜ਼ ਅਨੇਬਲ ਟੂ ਸੀ ਡਿਸਟਿੰਕਟਲੀ ਦਾ ਆਬਜੈਕਟਸ ਪਲੇਸਡ ਬਿਯੋਂਡ 6 ਮੀਟਰ। ਨੇਮ ਦਾ ਡਿਫੈਕਟ ਆਫ ਵਿਜ਼ਨ ਹੀ ਇਜ਼ ਸਫਰਿੰਗ ਫਰੋਮ। ਇਸ ਦਾ ਅਨਸਰ ਹੈ ਨਵਾਂ ਤੇ ਨਿੱਕੜ ਦ੍ਰਿਸ਼ਟੀ ਦੋਸ਼ ਮਾਇਓਪੀਆ। ਕੁਐਸਚਨ ਨੰਬਰ 28 ਕੋਈ ਵਿਅਕਤੀ ਜ਼ਿਆਦਾ ਦੂਰੀ ਤੇ ਰੱਖੀ ਗਈ ਵਸਤੂ ਨੂੰ ਸਪਸ਼ਟ ਰੂਪ ਵਿੱਚ ਵੇਖਣ ਦੇ ਯੋਗ ਨਹੀਂ ਹੁੰਦਾ ਪਰ ਇੱਕ ਕਿਤਾਬ ਉੱਤੇ ਲਿਖੇ ਅੱਖਰਾਂ ਨੂੰ ਸਹਿਸਤਾ ਨਾਲ ਪੜਨ ਦੇ ਯੋਗ ਹੁੰਦਾ ਹੈ ਇਹ ਉਸ ਦ੍ਰਿਸ਼ਟੀ ਦੋਸ਼ ਦਾ ਨਾਮ ਦੱਸੋ ਜਿਸ ਨਾਲ ਉਹ ਪੀੜਤ ਹੈ ਇਹ ਪਰਸਨ ਇਸ ਨੋਟ ਏਬਲ ਟੂ ਸੀ ਡਿਸਟਿੰਕਟਲੀ ਦਾ ਆਬਜੈਕਟ ਪਲੇਸਡ ਐਟ ਲਾਰਜਰ ਪਲੇਸਸ ਡਿਸਟੈਂਸਸ ਵਾਟ ਇਜ਼ ਏਬਲ ਟੂ ਰੀਡ ਦਾ ਮੈਟਰ ਰਿਟਨ ਆਨ ਅ ਬੁੱਕ ਕੰਫਰਟੇਬਲੀ ਨੇਮ ਦਾ ਡਿਫੈਕਟਸ ਆਫ ਦਾ ਵਿਜ਼ਨ ਹੀ ਇਜ਼ ਸਫਰਿੰਗ ਫਰੋ ਹਾਂਜੀ ਇਸ ਦਾ ਆਨਸਰ ਨੰਬਰ 1 ਨਿਕਟ ਦ੍ਰਿਸ਼ਟੀ ਦੋਸ਼ ਭਾਵ ਮਾਈਓਪੀਆ ਕੁਐਸਚਨ ਨੰਬਰ 29 ਇਹਨਾਂ ਵਿੱਚੋਂ ਕਿਹੜਾ ਪਦਾਰਥ ਇੱਕ ਰੋਧਕ ਹੈ ਹਾਂਜੀ ਬੇਟਾ ਇਸ ਦਾ ਆਨਸਰ ਹੈ ਗਲਾਸ ਨੰਬਰ 4 ਤੇ ਇਸ ਦਾ ਆਨਸਰ ਹੈ ਗਲਾਸ ਕੁਐਸਚਨ ਨੰਬਰ 30 ਕਿਸੇ ਰੋਧਕ ਦਾ ਪ੍ਰਤੀਰੋਧ ਡੈਸ਼ ਹੈ ਹਾਂਜੀ ਦਾ ਰੈਜ਼ਿਸਟੈਂਸ ਆਫ ਅ ਇਨਸੂਲੇਟਰ ਇਸ ਬੇਟਾ ਇਸ ਦਾ ਆਨਸਰ ਆਏਗਾ ਨੰਬਰ 2 ਅਨੰਤ ਭਾਵ ਇਨਫਿਨਿਟੀ ਕੁਐਸਚਨ ਨੰਬਰ 31 ਹੀਟ ਲਿਖੇ ਵਿੱਚੋਂ ਕਿਹੜਾ ਉਪਕਰਨ ਬਿਜਲੀ ਧਾਰਾ ਦੇ ਤਾਪਨ ਪ੍ਰਭਾਵ ਤੇ ਕੰਮ ਨਹੀਂ ਕਰਦਾ ਵਿਚ ਆਫ ਦਾ ਫੋਲੋਇੰਗ ਇਨਸਟਰੂਮੈਂਟਸ ਡਸ ਨਾਟ ਵਰਕ ਔਨ ਦਾ ਹੀਟਿੰਗ ਇਫੈਕਟ ਆਫ ਇਲੈਕਟ੍ਰਿਕ ਕਰੰਟ ਹਾਂਜੀ ਬਟੇ ਇਸ ਦਾ ਆਨਸਰ ਆਏਗਾ ਨੰਬਰ 4 ਪੱਖਾ ਫੈਨ ਕੁਐਸਚਨ ਨੰਬਰ 32 ਰਾਹੁਲ ਚੁੰਮਕੀ ਖੇਤਰ ਖਾਵਾਂ ਦੇ ਗੁਣਾਂ ਨੂੰ ਲਿਖ ਰਿਹਾ ਹੈ ਸਹੀ ਬਿਆਨ ਚੁਣੋ राहुल इज राइटिंग द प्रॉपर्टीज ऑफ मैग्नेटिक फील्ड लाइन चूज द करेक्ट स्टेटमेंट हां जी बेटे इसका आंसर आएगा नंबर 4 अपरोक्त सारे ਠੀਕ ਹੈ ਇਸ ਨੂੰ ਤੁਸੀਂ ਤੇ ਵੀਡੀਓ ਰੋਕ ਕੇ ਪਹਿਲੇ ਸਾਰੇ ਆਪਸ਼ਨਸ ਪੜ੍ਹ ਲੈਣੇ ਹਨ ਫਿਰ ਇਹ ਸਾਰੇ ਜੋ ਹੈ ਪ੍ਰੋਪਰਟੀਆਂ ਆਫ ਦਾ ਮੈਗਨੇਟ ਹਨ ਇਸ ਕਰਕੇ ਇਸ ਦਾ ਆਨਸਰ ਆਏਗਾ ਆਲ ਆਫ ਦਾ ਵਾਵ ਕੁਐਸਚਨ ਨੰਬਰ 33 ਇੱਕ ਵਾਰ ਚੁੰਬਕ ਦੇ ਵਾਰ ਚੁੰਬਕੀ ਖੇਤਰ ਦੀਆਂ ਲਾਈਨਾਂ ਦੋਂ ম্যাগਨੇਟਿਕ ਫੀਲਡ ਲਾਈਨਸ ਆਊਟਸਾਈਡ ਅ ਵਾਰ ਮੈਗਨੇਟ ਇਸ ਦਾ ਆਨਸਰ ਨੰਬਰ 3 ਆਏਗਾ ਉਤਰੀ ਧਰੁਵ ਤੋਂ ਉਤਪਨ ਹੁੰਦੀਆਂ ਹਨ ਅਤੇ ਇਸ ਦੇ ਦੱਖਣੀ ਧਰੁਵ ਤੇ ਸਮਾਪਤ ਹੁੰਦੀਆਂ ਹਨ originnates from the north pole and ends at the south pole ਕੁਐਸਚਨ ਨੰਬਰ 34 ਹੇਠ ਲਿਖਿਆ ਵਿੱਚੋਂ ਕਿਹੜਾ ਉਤਪਾਦਕ ਹੈ which of the following is producer ਉਹ ਇਸ ਦਾ ਆਨਸਰ ਆਏਗਾ ਨੰਬਰ 1 ਕਾ ਗ੍ਰਾਸ ਕਵੈਸਚਨ ਨੰਬਰ 35 ਹੇਠ ਲਿਖਿਆ ਬੱਚੋ ਕਿਹੜਾ ਇੱਕ ਸਵੈਪੋਸ਼ੀ ਹੈ ਵਿਚ ਆਫ ਦਾ ਫੋਲੋਇੰਗ ਇਜ਼ ਆਟੋਟ੍ਰੋਪਸ ਇਸ ਦਾ ਆਨਸਰ ਨੰਬਰ 1 ਹਰੇ ਪੌਦੇ ਗ੍ਰੀਨ ਪਲੈਂਟਸ ਸੋ ਡੀਅਰ ਸਟੂਡੈਂਟਸ ਮੈਂ ਤੁਹਾਡੇ ਨਾਲ ਪ੍ਰੈਕਟਿਸ ਟੈਸਟ ਨੰਬਰ 1 ਸਾਂਝਾ ਕੀਤਾ ਹੈ ਅਤੇ ਇਸੇ ਦੇ ਨਾਲ ਰਿਲੇਟਡ ਜੋ ਬਾਕੀ 2 3 ਟੈਸਟ ਨੰਬਰ 4 ਨੰਬਰ ਹਨ ਬਾਕੀ ਰਹਿੰਦੇ ਵੀ ਉਹ ਵੀ ਤੁਹਾਡੇ ਨਾਲ ਜਲਦੀ ਸਾਂਝਾ ਕਰਾਂਗਾ ਅਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਬਹੁਤ ਤੇਜ਼ੀ ਨਾਲ ਇੰਗਲਿਸ਼ ਦੇ ਪੰਜਾਬੀ ਮੀਡੀਅਮ ਦੇ ਵਿੱਚ ਇਹ ਕਵਰ ਕੀਤਾ ਹੈ ਇਸ ਕਰਕੇ ਤਾਂ ਕਿ ਤੁਹਾਡੇ ਨਾਲ ਬਾਕੀ ਵੀ ਇਸੇ ਤਰ੍ਹਾਂ ਜੋ ਟੈਸਟ ਨੰਬਰ ਰਹਿੰਦੇ ਹਨ ਉਹ ਸਾਂਝੇ ਕਰਦਾ ਰਹਾ ਇਸ ਕਰਕੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਲਾਈਕ ਕਰਨਾ ਹੈ ਅਤੇ ਵੱਧੋ ਵੱਧ ਆਪਣੇ ਦੋਸਤਾਂ ਨਾਲ ਇਸ ਨੂੰ ਸ਼ੇਅਰ ਕਰਨਾ ਹੈ ਥੈਂਕ ਯੂ